कर दिए स्टार्ट। हां जी ओके सर। एमएलए साहब जी अज इस प्रेस कॉन्फ्रेंस रखी है ਦਾ ਮੁੱਖ ਏਜੰਡਾ ਕੀ ਹੈ? ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਕਿ ਅੱਜ ਤੁਸੀਂ ਇੱਥੇ ਪਹੁੰਚੇ ਹੋ। ਇਸ ਤੋਂ ਪਹਿਲਾਂ ਜਿਹੜੀ ਮੇਰੀ ਇਲੈਕਸ਼ਨ ਚੱਲ ਰਹੀ ਸੀ ਉਹ ਨੁੱਕੜ ਮੀਟਿੰਗਾਂ ਦੇ ਦੌਰ 'ਚ ਚੱਲ ਰਹੀ ਸੀ, ਡੋਰ ਟੂ ਡੋਰ ਚੱਲ ਰਹੀ ਸੀ। ਅੱਜ ਅਸੀਂ ਆਪਦੀ ਜਿਹੜੀ ਇਲੈਕਸ਼ਨ ਕੰਪੇਨ ਆ ਉਹਦਾ ਆਗਾਜ਼ ਕਰਨ ਜਾ ਰਹੇ ਹਾਂ ਜੀ। ਜਿਵੇਂ ਮੈਂ ਪਹਿਲਾਂ ਧੂਰੀ ਸ਼ਹਿਰ ਤੋਂ ਹੀ ਕਰਦਾ ਹੁਣ, ਅੱਜ ਵੀ ਮੈਂ ਧੂਰੀ ਸ਼ਹਿਰ ਤੋਂ ਸਾਰੇ ਪਤਵੰਤੇ ਸੱਜਣ ਵਾਲਾ ਨਾਲ ਲੈ ਕੇ ਇਹਨਾਂ ਨੂੰ, ਅਤੇ ਅਸੀਂ ਡੋਰ ਟੂ ਡੋਰ ਕਰਕੇ ਜਿਹੜਾ ਅੱਜ ਲੋਕਾਂ ਨੂੰ ਉਹਨਾਂ ਦਾ ਆਸ਼ੀਰਵਾਦ ਲੈਣਾ ਸਾਡੇ ਸ਼ਹਿਰ ਦੇ ਵਾਸੀਆਂ ਦਾ। ਅਤੇ ਉਹਦੇ ਨਾਲ ਨਾਲ ਕਿ ਇਹ ਮੇਰਾ ਰਿਪੋਰਟ ਕਾਰਡ ਆ ਕਿ ਮੈਂ 5 ਸਾਲ ਕੀ ਕੰਮ ਕਰੇ ਹਰ ਇੱਕ ਇਹਦੇ 'ਚ। ਮੈਂ ਤੁਹਾਨੂੰ ਇਹ ਸਾਰਿਆਂ ਨੂੰ ਇੱਕ ਇੱਕ ਕਾਪੀ ਇਹਦੀ ਦਊਂਗਾ ਕਿ ਮੈਂ 5 ਸਾਲਾਂ ਦੇ ਵਿੱਚ ਕੀ ਕੰਮ ਕਰਵਾ ਸਕਿਆ। ਅਤੇ ਉਹੀ 5 ਸਾਲ ਜਿਹੜੇ ਮੈਂ ਕੰਮ ਕਰਵਾਏ ਨੇ, ਮੈਂ ਇਲੈਕਸ਼ਨ ਉਸੇ ਏਜੰਡਾ ਦੇ ਉੱਪਰ ਲੜੂੰਗਾ। ਅਤੇ ਅੱਗੇ ਇੱਕ ਮੈਨੀਫੈਸਟੋ ਤਿਆਰ ਕਰਨਾ, ਪਾਰਟੀ ਨੇ ਇੱਕ ਅਲੱਗ ਮੈਨੀਫੈਸਟੋ ਤਿਆਰ ਕਰਨਾ, ਬਟ ਮੈਂ ਧੂਰੀ ਦਾ ਇੱਕ ਅਲੱਗ ਮੈਨੀਫੈਸਟੋ ਤਿਆਰ ਕਰੂੰਗਾ ਅਤੇ ਉਹਨੂੰ ਲੀਗਲ ਡਾਕੂਮੈਂਟ ਬਣਾਊਂਗਾ ਤਾਂ ਕਿ ਕੋਈ ਵੀ ਜਿਹੜਾ ਮੈਂ ਉਹਦੇ 'ਚ ਪ੍ਰੋਮਿਸ ਕਰਾਂ ਤਾਂ ਉਹਨੂੰ ਮੈਂ ਲੀਗਲ ਡਾਕੂਮੈਂਟ ਦੇ ਹਿਸਾਬ ਨਾਲ, ਯਾਨੀ ਕਿ ਉਹ ਮੈਨੂੰ ਕਰਵਾਉਣਾ ਹੀ ਕਰਵਾਉਣਾ ਪਊਗਾ। ਮੈਂ ਇੱਕ ਲੀਗਲ ਡਾਕੂਮੈਂਟ ਉਸ ਦੇ ਉੱਤੇ ਪੇਸ਼ ਕਰਨਾ। 335,94,27,000 ਰੁਪਏ ਦੀ ਲਾਗਤ ਨਾਲ ਜਿਹੜਾ ਪਿਛਲੇ 5 ਸਾਲਾਂ ਦੇ ਵਿੱਚ ਅਸੀਂ ਹਲਕੇ ਦਾ ਵਿਕਾਸ ਜਿਹੜਾ ਕਰ ਰਹੇ ਹਾਂ, ਲੱਗੇ ਹੋਏ ਹਾਂ ਉਹਦੇ 'ਤੇ। ਆਲਰੇਡੀ ਹੁਣ ਵੀ ਕਾਫੀ ਔਨਗੋਇੰਗ ਪ੍ਰੋਜੈਕਟ ਜਿਹੜੇ ਚੱਲ ਰਹੇ ਨੇ, ਤਕਰੀਬਨ 33 ਕਰੋੜ ਰੁਪਏ ਦਾ ਜਿਹੜਾ ਸ਼ਹਿਰਾਂ ਦੇ ਵਿੱਚ ਕੰਮ ਚੱਲ ਰਿਹਾ। ਆਹ ਤੁਸੀਂ 4 ਲੈਨ ਵਾਲਾ ਕੰਮ ਦੇਖ ਹੀ ਲਿਆ ਹੋਣਾ, ਸੰਗਰੂਰ ਆਪਣੀ ਬਾਈਪਾਸ ਤੋਂ ਲੈ ਕੇ ਮਲੇਰਕੋਟਲਾ ਬਾਈਪਾਸ ਤੱਕ ਦਾ ਜਿਹੜਾ ਕੰਮ ਚੱਲ ਰਿਹਾ। ਇਸ ਤੋਂ ਬਿਨਾਂ ITI ਧੂਰੀ ਦੇ ਵਿੱਚ ਆਈ ਹੈ ਇੱਥੇ, ਉਹ ਮੁਲਵਾਲ ਸਾਹਿਬ ਨੂੰ 9ਵੇਂ ਪਾਤਸ਼ਾਹ ਦੇ 10ਵੇਂ ਪਾਤਸ਼ਾਹ ਰੀ ਚਰਨ ਛੋਹ ਪ੍ਰਾਪਤ ਧਰਤੀ ਨੂੰ, ਕਿਉਂਕਿ ਉਹ ਪਿੰਡਾਂ ਨੂੰ ਕੋਈ ਵੀ ITI ਕੋਈ ਇੰਸਟੀਟਿਊਟ ਪੜ੍ਹਨ ਵਾਲਾ ਉਹਨਾਂ ਦੇ ਨੇੜੇ ਨਹੀਂ ਸੀਗਾ। ਸੋ ਉੱਥੇ ਉਹ ਦੋਨੇ ਪਿੰਡਾਂ 'ਚੋਂ ਜਿਹੜੀ ਵੀ ਜ਼ਮੀਨ, ਕਿਉਂਕਿ ਹੁਣ ਕੋਡ ਆਫ ਕੰਡਕਟ ਆ, ਇਸ ਤੋਂ ਬਾਅਦ ਜਿਹੜੀ ਵੀ ਪਿੰਡ ਜਿਹੜਾ ਮਤਾ ਪਾਊਗਾ ਰਣੀਕੇ ਜਾਂ ਮੁਲਵਾਲ ਸਾਹਿਬ, ਜਿੱਥੇ ਸਾਨੂੰ 5 ਏਕੜ ਜਗ੍ਹਾ ਦੋਨਾਂ 'ਚੋਂ ਮਿਲ ਜਾਣੀ ਆ, ਦੋਨੇ ਜਗ੍ਹਾ 'ਤੇ ਹੈਗੀ ਆ 5 ਏਕੜ ਜਗ੍ਹਾ, ਉੱਥੇ ਅਸੀਂ ITI ਦਾ ਪ੍ਰਵਾਨ ਕਰਨਾ। ਅਤੇ ਇਸ ਤੋਂ ਬਿਨਾਂ ਜਿਹਦੇ 'ਚ ਗੱਲ ਕਰੀਏ ਸੜਕਾਂ, ਜਦੋਂ ਮੈਨੂੰ ਮੌਕਾ ਮਿਲਿਆ ਸੀਗਾ ਤਾਂ ਸਾਰੀਆਂ ਸੜਕਾਂ ਜਿਹੜੀਆਂ ਧੂਰੀ ਦੇ ਮੁੱਖ ਮਾਰਗ ਸੀ ਉਹ ਤੁਸੀਂ ਗਵਾਹ ਹੋ ਇਸ ਚੀਜ਼ ਦੇ ਸਾਰੇ ਟੁੱਟੇ ਹੋਏ ਮੇਰੀ ਝੋਲੀ 'ਚ ਪਏ ਸੀਗੇ। ਜੇ ਧੂਰੀ ਤੋਂ ਬਰਨਾਲੇ ਦੀ ਗੱਲ ਕਰ ਲਈਏ, ਧੂਰੀ ਤੋਂ ਭਲਵਾਨ ਦੀ ਗੱਲ ਕਰ ਲਈਏ, ਧੂਰੀ ਤੋਂ ਬਾਗੜੀਆਂ ਦੀ ਗੱਲ ਕਰ ਲਈਏ, ਲੱਡਾ ਤੋਂ ਬਾਲੀਆਂ ਦੀ ਗੱਲ ਕਰ ਲਈਏ, ਧੂਰੀ ਤੋਂ ਸ਼ੇਰਪੁਰ ਦਾ ਜਿਹੜਾ ਮੁੱਖ ਪੁਲ ਸੀਗਾ ਸਾਡੀ ਕੋਟਲਾ ਬ੍ਰਾਂਚ ਨਹਿਰ ਦੇ ਉੱਪਰ, ਉਹ ਪੁਲ ਤੱਕ ਵੀ ਟੁੱਟਿਆ ਹੋਇਆ ਸੀਗਾ ਯਾਨੀ ਕਿ। ਤਾਂ ਉਸ ਤੋਂ ਬਿਨਾਂ ਇਹ ਚੀਜ਼ਾਂ ਕਰਨ ਦੇ ਨਾਲ ਨਾਲ 32 ਕਿਲੋਮੀਟਰ ਅਜਿਹੀਆਂ ਸੜਕਾਂ ਨੇ ਜਿਹੜੀਆਂ ਅੱਜ ਤੱਕ ਕੱਚੇ ਪਏ ਸੀਗੇ। ਜਿਵੇਂ ਸਭ ਤੋਂ ਵੱਡੀ ਗੱਲ ਜਿਹੜਾ ਆ ਬੇਨੜਾ ਪਿੰਡ ਤੋਂ ਕੱਕੜਾ ਲਾਲੀ ਜਿਹੜਾ ਸਾਡਾ ਬਾਈਪਾਸ ਨਿਕਲੂਗਾ ਜੀ, ਕੱਕੜਾਲ ਤੋਂ ਫਿਰ ਘੇਰੂ ਨੂੰ ਇਹ ਜਿਹੜਾ ਬਾਈਪਾਸ ਨਿਕਲ ਜੂਗਾ, ਅਤੇ ਇਹਦੇ ਨਾਲ ਨਾਲ ਉੱਥੋਂ ਲੱਡੇ ਟੋਲ ਪਲਾਜ਼ੇ ਵਾਲੀ ਜਿਹੜਾ ਆਪਣਾ ਪਿੰਡ ਪੈਂਦਾ ਲੱਡੇ ਤੋਂ ਪੁੰਨਾਲ ਤੋਂ ਹਸਨਪੁਰ, ਉਹ ਸਿੱਧਾ ਬਾਈਪਾਸ ਬਰਨਾਲਾ ਰੋਡ ਨੂੰ ਹੋਜੂਗਾ ਜੀ। ਮੀਮਸੇ ਤੋਂ ਮੈਸਮਪੁਰ ਇਸੇ ਤਰੀਕੇ ਦੁੱਗਣੀ ਜਾਤੀ ਮਾਜਰਾ, ਇਹ ਤਰੀਕੇ ਨਾਲ ਜਿਹੜੀਆਂ 32 ਕਿਲੋਮੀਟਰ ਦੀਆਂ ਸੜਕਾਂ ਨੇ ਜੀ। ਉਦੋਂ ਬਾਅਦ ਪੇਂਡੂ ਵਿਕਾਸ ਕਾਰਜਾਂ 'ਚ ਅਸੀਂ ਨੇ ਕੀ ਕਰੇ, ਕਿੰਨੇ ਅਸੀਂ ਨੇ ਨਹਿਰੀ ਪੁਲ ਬਣਾਏ, ਸਿੱਖਿਆ ਦੇ ਖੇਤਰ 'ਚ ਮੈਂ ਕੀ ਕਰਿਆ ਜੀ। 7 ਸਕੂਲ ਸਾਡੇ ਅਪਗ੍ਰੇਡ ਹੋਏ ਨੇ ਮੇਰੇ ਸੈਸ਼ਨ ਦੇ ਵਿੱਚ, ਅਤੇ ਯੂਨੀਵਰਸਿਟੀ ਬੇਨੜਾ ਕਾਲਜ ਦੇ ਵਿੱਚ ਜੇ ਤੁਸੀਂ 2017 ਦਾ ਉਹਨਾਂ ਤੋਂ ਡਾਟਾ ਲਓਗੇ ਤਾਂ ਉੱਥੇ ਸਿਰਫ ਆਰਟਸ ਜਿਹੜੀ ਉਸ ਟਾਈਮ 'ਤੇ BA ਦੀ ਪੜ੍ਹਾਈ ਜਿਹੜੀ ਪੜ੍ਹਾਈ ਜਾਂਦੀ ਸੀ, ਅੱਜ ਉੱਥੇ ਕਾਫੀ ਕੋਰਸਿਸ ਨੇ, ਅਤੇ 1800 ਦੇ ਕਰੀਬ ਜਿਹੜੇ ਅੱਜ ਉੱਥੇ ਸਾਡੇ ਸਟੂਡੈਂਟਸ ਨੇ। ਅਤੇ ਉਹ ਭੈਣਾਂ ਨੂੰ ਬਾਈਪਾਸ ਤੋਂ ਲੈ ਕੇ ਉੱਥੇ ਲੈ ਕੇ ਜਾਣ ਲਈ ਜਿਹੜੀ ਬੱਸ ਫ੍ਰੀ ਸੇਵਾ, ਜਿਹੜੀ ਅਸੀਂ ਪੁਰਾਣੀ ਬੱਸ ਖਰੀਦ ਕੇ ਉਹਨਾਂ ਦੀ ਸੇਵਾ ਦੇ ਵਿੱਚ ਲਾਈ ਸੀ। ਅਤੇ ਉਸ ਤੋਂ ਬਾਅਦ ਖੇਡਾਂ ਦੇ ਵਿੱਚ ਗੱਲ ਕਰੀਏ ਤਾਂ 74 ਪਿੰਡਾਂ ਦੇ ਵਿੱਚੋਂ 57 ਪਿੰਡਾਂ ਦੇ ਵਿੱਚ ਜਿਹੜੇ ਵਾਲੀਬਾਲ ਦੇ ਗਰਾਊਂਡ ਨੇ, ਹਰ ਰੋਜ਼ ਸ਼ਾਮ ਨੂੰ 1.5-2 ਘੰਟੇ ਜਦੋਂ ਸਾਡੇ ਨੌਜਵਾਨ ਖੇਡਦੇ ਨੇ, ਕਿਉਂਕਿ ਆਪਾਂ ਕਹਿ ਦਿੰਦੇ ਹਾਂ ਡਰੱਗਸ ਨਸ਼ਾ, ਪਰ ਉਹਨਾਂ ਨੂੰ ਕੋਈ ਰਸਤਾ ਦਿਖਾਉਣਾ ਪਊਗਾ ਨੌਜਵਾਨਾਂ ਨੂੰ। ਸੋ ਮੇਰਾ ਇਹ ਏਮ ਸੀਗਾ, ਕਿਉਂਕਿ ਮੈਂ ਗਰਾਊਂਡ ਨਾਲ ਜੁੜਿਆ ਹੋਇਆ, ਮੇਰਾ ਏਮ ਸੀਗਾ ਵੀ ਨੌਜਵਾਨਾਂ ਨੂੰ ਗਰਾਊਂਡ ਨਾਲ ਜੁੜਿਆ ਜਾਵੇ। ਹਰ ਰੋਜ਼ ਹਰੇਕ ਪਿੰਡ ਦੇ ਵਿੱਚ 40-45 ਨੌਜਵਾਨ ਖੇਡਦੇ ਨੇ, ਅਤੇ ਉਹ ਸਮੇਂ ਖੇਡਦੇ ਨੇ ਜਦੋਂ ਸ਼ਾਮ ਨੂੰ ਬੱਚੇ ਫ੍ਰੀ ਹੁੰਦੇ ਨੇ, ਯਾਨੀ ਕਿ ਉਹਨਾਂ ਨੂੰ ਦੇਖ ਕੇ ਨਵੇਂ ਬੱਚੇ 'ਚ ਹੌਸਲੇ ਵੱਧਦੇ ਨੇ, ਉਹ ਵੀ ਖੇਡਦੇ ਨੇ। ਧੂਰੀ ਜਿਹੜਾ ਟੂਰਨਾਮੈਂਟ ਕਰਵਾਇਆ ਸੀ, ਪਹਿਲੀ ਵਾਰ ਹੋਇਆ ਕੋਈ ਵੀ ਪਲੇਅਰ ਉਹਦੇ 'ਚ ਬਾਹਰੋਂ ਨਹੀਂ ਬੁਲਾਇਆ ਸੀ, 64 ਟੀਮਾਂ ਮੇਰੇ ਹਲਕੇ ਦੀਆਂ 64 ਟੀਮਾਂ ਨੂੰ ਪਾਰਟੀਸਪੇਟ ਕਰਵਾਇਆ ਸੀ। ਤੁਸੀਂ ਆਪਣੇ ਆਪ ਦੇਖੋ ਕਿ ਮੈਂ ਕਿੰਨੇ ਨੌਜਵਾਨਾਂ ਨੂੰ ਜਿਹੜਾ ਗਰਾਊਂਡ ਨਾਲ ਜੋੜਿਆ। ਉਸ ਤੋਂ ਬਿਨਾਂ 2 ਸੈਂਡਰ ਟਰੈਕ ਜਿਹਦੇ ਉੱਪਰ ਪੁਲਿਸ ਭਰਤੀ ਫੌਜ ਭਰਤੀ ਜਦੋਂ ਹੁੰਦੀ ਆ ਉਹ 400 ਮੀਟਰ ਟਰੈਕ 'ਤੇ ਭੱਜਦੇ ਨੇ, ਆਪਣੇ ਧੂਰੀ 'ਚ 400 ਮੀਟਰ ਟਰੈਕ ਨਹੀਂ ਸੀ ਕੋਈ। 2 ਸੈਂਡਰ ਟਰੈਕ ਦੇਸ਼ ਭਗਤ ਕਾਲਜ ਅਤੇ ਰਾਜੂ ਮਾਜਰਾ ਪਿੰਡ, ਅਤੇ ਇਸ ਤੋਂ ਬਾਅਦ ਕਾਂਜਲੇ ਪਿੰਡ ਇਹ ਬਣ ਜਾ ਰਿਹਾ। ਸੋ ਹਰ ਇੱਕ ਪੱਖ ਨੂੰ ਧਿਆਨ 'ਚ ਰੱਖਦੇ ਹੋਏ ਇੰਡੋਰ ਸਟੇਡੀਅਮ, ਬੈਡਮਿੰਟਨ ਕੋਰਟ, 2 ਟਰਫ ਦੇ ਕੋਰਟ, 1 ਵੁੱਡਨ ਕੋਰਟ ਫ੍ਰੀ ਸਾਡੇ ਭੈਣਾਂ ਲਈ, ਸਾਡੀਆਂ ਮਹਿਲਾਵਾਂ ਲਈ ਜਿੰਮ ਦੀ ਵਿਵਸਥਾ ਕਰੀ ਗਈ ਆ।
उत्थे इंडोर उहदे बैडमिंटन कोर्ट दे जिहड़ा बिल्डिंग बनी हुई है साडी उहदे नाल ही हर एक पिंड दे विच पार्क ते झूले ते ओपन जिम इनडोर जिम यानी कि वह तर्ज ते 2017 तो पहला तुसी देखियो कि शायद ये चीज़ा साढ़े धूरी च एक भी पिंड दे विच तुहानूं नहीं देखण नूं मिलणगियां जिहड़ियां इस बार इहदे उपर धूरी शहर दे विच तकरीबन 2016 तो पहला 57 किलोमीटर सीवरेज सी उस तो बाद 69 किलोमीटर जिहड़ा नवां सीवरेज आ अज 97% धूरी दे विच सीवरेज पीण वाला पानी ते गलियां नालियां पक्कियां होईयां पईयां ने सिर्फ वो एरियाज रह गए ने जिहड़े थोड़े जे बाहर ने एक एरिया रह गया 20 नंबर वार्ड दे विच थोड़ा जिहा एरिया क्योंकि उत्थे सीवरेज की थोड़ी प्रॉब्लम सी क्योंकि मैनूं टिप्स ते याद ने किहड़े-किहड़े एरियाज रह गए 16 करोड़ रुपए की लागत नाल सीवरेज का काम ऑलरेडी टेंडर हो चुकिया चल रहा कोई भी गली अजिही नहीं बचूगी कि जिहड़ी सीवरेज तो बिना रह जूगी यह मुढ़लियां सहूलतां ने जिहड़ियां असीं ने लोगों नूं देणियां ने चाहे साफ सफाई की गल होवे चाहे अंदर धूरी शहर के रजवाहे की गल होवे उहनूं बिल्कुल जिवें लेक ते लोग सैर करदे ने मैं उहनां दे मेच दा बणाउणा क्योंकि जाली तां उहदे उपर लग चुकी आ साइड ते टेबल्स लगणे ने स्पीकर लगणे ने गुरबाणी उहदे च चलिया करनी आ तां कि शाम नूं सवेरे साडे जिहड़े भैणां साडे बजुर्ग जिहड़े सैर करदे ने उह इक चीज़ नूं तब्दील कर दईए क्योंकि शहर होण दे नाते बहुत सारे पशु उह सूए दे विच गिर जांदे सी जिहड़ी सानूं बहुत दिक्कत परेशानी आउंदी सी बच्चे बहुत डरदे सी खेडदे सीगे ਤਾਂ ਕਈ ਵਾਰ ਆਪਣੇ ਵਾਹਣ ਵੀ ਉੱਧਰ ਨੂੰ ਚਲੇ ਜਾਂਦੇ ਸੀ ਤਾਂ ਅੱਜ ਉਹਦੀ ਜਿਹੜੀ ਇੱਕ ਸੇਫਟੀ ਲਈ ਅਤੇ ਇੱਕ ਉਹਦਾ ਸੁੰਦਰੀਕਰਨ ਲਈ ਜਿਹੜਾ ਅਸੀਂ ਨੇ ਮੋਟਿਵ ਰਾਮਬਾਗ ਦੇ ਵਿੱਚ ਓਪਨ ਜਿੰਮ ਲੱਗਿਆ ਜੀ ਏ ਪੀ ਇਨਕਲੇਵ ਦੇ ਵਿੱਚ ਓਪਨ ਜਿੰਮ ਲੱਗਣਾ 7 ਜਗ੍ਹਾ 'ਤੇ ਫਲਾਈਓਵਰ ਦੇ ਨੀਚੇ ਓਪਨ ਜਿੰਮ ਲੱਗਣਾ 2 ਅਤੇ 3 ਨੰਬਰ ਵਾਰਡ ਦੇ ਵਿੱਚ ਓਪਨ ਜਿੰਮ ਲੱਗ ਰਿਹਾ ਅਤੇ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਸ ਟਾਈਮ 33 ਕਰੋੜ ਆ ਜਿਹੜਾ ਸਾਡੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਚਿੱਠੀਆਂ ਪਾ ਪਾ ਕੇ ਸਾਡੇ ਜਿਹੜੇ ਵਿਕਾਸ ਦਾ ਜਿੱਥੇ ਵੀ ਕੋਈ ਵਿਕਾਸ ਹੋ ਰਿਹਾ ਉਹਨੂੰ ਰੋਕਿਆ ਜਾ ਰਿਹਾ 430 ਘਰ ਕੱਚੇ ਘਰਾਂ ਨੂੰ ਪੈਸੇ ਪੁਆਏ ਨੇ ਅਤੇ ਕੋਡ ਆਫ ਕੰਡਕਟ ਤੋਂ ਪਹਿਲਾਂ ਦੇ ਚੈੱਕ ਪਾਸ ਹੋਏ ਪਏ ਨੇ ਬੀ ਡੀ ਓ ਡਿਪਾਰਟਮੈਂਟ ਦੇ ਵਿੱਚ ਈ ਓ ਡਿਪਾਰਟਮੈਂਟ ਦੇ ਵਿੱਚ ਪਰ ਉਹਨਾਂ ਨੇ ਲੈਟਰਾਂ ਕੱਢ ਕੱਢ ਗਰੀਬ ਬੰਦਿਆਂ ਨੂੰ ਉਹਨਾਂ ਦੀਆਂ ਛੱਤਾਂ ਲਈ ਜਿਹੜੇ ਮੈਂ ਪੈਸੇ ਦਿੱਤੇ ਸੀ ਉਹ ਵੀ ਉਹਨਾਂ ਤੋਂ ਜਿਹੜੇ ਸਾਡੇ ਵਿਰੋਧੀ ਭਾਈਚਾਰਾ ਉਹਨਾਂ ਤੋਂ ਯਾਨੀ ਕਿ ਗਰੀਬ ਬੰਦਿਆਂ ਦਾ ਫਾਇਦਾ ਜਿਹੜਾ ਦੇਖਿਆ ਨਹੀਂ ਜਾ ਰਿਹਾ ਮੇਰੀ ਬੇਨਤੀ ਆ ਕਿ ਚਾਹੇ ਉਹ ਆ ਕੇ ਵੰਡ ਦੇਣ ਦੂਸਰੀਆਂ ਵਿਰੋਧੀ ਪਾਰਟੀਆਂ ਅੱਗੇ ਵੰਡ ਦੇਣ ਪਰ ਸਾਡੇ ਗਰੀਬ ਪਰਿਵਾਰ ਜਿਹੜੇ ਮੀਹਾਂ 'ਚ ਤੰਗ ਹੁੰਦੇ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੇ ਮੈਂ ਪੈਸੇ ਪਾਏ ਹੋਏ ਨੇ ਉਹਨਾਂ ਦੇ ਉਹਨਾਂ ਨੂੰ ਮਿਲਣੇ ਚਾਹੀਦੇ ਨੇ ਅਤੇ ਟੋਲ ਪਲਾਜ਼ਾ ਪੂਰੇ ਇਤਿਹਾਸ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇੱਕੋ ਟੋਲ ਪਲਾਜ਼ੇ ਦੀ ਸੜਕ ਇਹੀ ਜੀ ਆ ਜਿਹੜੀ ਧੂਰੀ ਦੇ ਵਿੱਚ ਚੱਲ ਰਹੀ ਆ ਅਤੇ ਪਿੱਛੇ ਜੇ ਇੱਕ ਸਾਡੇ ਇੱਥੋਂ ਮੇਰੇ ਵਿਰੋਧੀ ਕੈਂਡੀਡੇਟ ਨੇ ਉਹਨਾਂ ਨੇ ਕਿਹਾ ਵੀ ਸਾਡੇ ਟੋਲ 'ਚ ਹਿੱਸੇ ਨੇ ਕੁਦਰਤੀ ਗੁਰੂ ਮਹਾਰਾਜ ਜਦੋਂ ਬਾਂਹ ਫੜਦਾ ਆਪਣੇ ਬੱਚੇ ਦੀ ਤਾਂ ਹਰ ਇੱਕ ਪੱਖੋਂ ਬਾਂਹ ਫੜਦਾ ਕੁਦਰਤੀ ਦੂਸਰੇ ਦਿਨ ਮੇਰੀ ਕੋਰਟ ਦੇ ਵਿੱਚ ਤਰੀਕ ਸੀ 7ਵਾਂ ਕੇਸ ਚੱਲ ਰਿਹਾ ਸੀ ਕੰਟੈਪਟ ਪਟੀਸ਼ਨ ਦਾ ਅਤੇ 65 ਲੱਖ ਰੁਪਏ ਦਾ ਖਰਚਾ ਮੇਰੇ 'ਤੇ ਪਾਇਆ ਹੋਇਆ ਸੀਗਾ ਟੋਲ ਵਾਲਿਆਂ ਨੇ ਵੀ ਹਰ ਰੋਜ਼ ਮਹੀਨੇ ਦਾ ਸਾਡੇ 'ਤੇ 65 ਲੱਖ ਰੁਪਇਆ ਦਲਵੀਰ ਸਿੰਘ ਗੋਲਡੀ ਸਾਨੂੰ ਸਾਡੇ 'ਤੇ ਬੋਝ ਯਾਨੀ ਕਿ ਸਾਡਾ ਨੁਕਸਾਨ ਕਰਾਉਂਦਾ ਅਤੇ ਤਕਰੀਬਨ ਤੁਸੀਂ ਆਪਦੇ ਆਪ ਜੋੜ ਲਾ ਲਓ ਇੱਕ ਸਾਲ ਦਾ ਤਕਰੀਬਨ 8 ਕਰੋੜ ਰੁਪਈਏ ਦੇ ਲਾਗੇ ਤਾਗੇ ਹੋ ਗਿਆ 5 ਸਾਲਾਂ ਦੇ ਵਿੱਚ 40 ਕਰੋੜ ਰੁਪਈਆ ਲੋਕਾਂ ਦੀ ਜੇਬ 'ਚੋਂ ਬਚਾਇਆ ਲੋਕਾਂ ਦੀ ਹੁੰਦੀ ਲੁੱਟ ਤੋਂ ਬਚਾਇਆ ਮੈਂ ਟੋਲ ਪਲਾਜ਼ੇ ਦੇ ਅਗੇਂਸਟ ਨਹੀਂ ਪਰ ਟੋਲ ਪਲਾਜ਼ੇ ਦਾ ਜਿਹੜਾ ਇਨਫਰਾਸਟ੍ਰਕਚਰ ਆ ਨਾ ਤਾਂ ਇਹ ਰੋਡ ਦੀ ਵਾਈਡਨਿੰਗ ਕਰੀ ਆ ਨਾ ਇਹ ਰੋਡ ਦੇ ਉੱਪਰ ਕੋਈ ਪ੍ਰੀਮਿਕਸ ਵਗੈਰਾ ਪਾਇਆ ਸੀ ਸੋ ਮੈਂ ਮੇਰੀ ਲੜਾਈ ਉਹਦੇ 'ਤੇ ਸੀ ਅਤੇ ਉਹ ਜਿਹੜੇ ਆ ਵਿਰੋਧੀ ਉਸ ਟਾਈਮ ਦੇ ਹੀ ਇਹ ਚੁਣੇ ਹੋਏ ਨੁਮਾਇੰਦੇ ਨੇ ਜਿਹੜੇ ਅੱਜ ਇਹ ਗੱਲ ਕਰ ਲੈਣੇ ਪਰ ਇੱਕ ਵੀ ਇਹਨਾਂ ਕੋਲ ਕਦੇ ਫੁਟੇਜ ਹੋਵੇ ਕਦੇ ਪ੍ਰੈਸ ਕਾਨਫਰੰਸ ਦੀ ਕੋਈ ਲੈਟਰ ਹੋਵੇ ਇਹ ਦਿਖਾ ਦੇਣ ਮੈਨੂੰ ਜਾਂ ਕੋਈ ਚਿੱਠੀ ਹੋਵੇ ਵੀ ਇਹਨਾਂ ਨੇ ਕਦੇ ਟੋਲ ਪਲਾਜ਼ੇ ਦੇ ਅਗੇਂਸਟ ਲੋਕਾਂ ਦੇ ਹੱਕ 'ਚ ਹਾਂ ਦਾ ਨਾਰਾ ਮਾਰਿਆ ਹੋਵੇ ਅੱਜ ਤੱਕ ਅਜਿਹੀ ਕੋਈ ਚੀਜ਼ ਤੁਹਾਨੂੰ ਨਹੀਂ ਮਿਲੂਗੀ ਤੁਸੀਂ ਮੇਰਾ ਪੱਤਰਕਾਰ ਭਾਈਚਾਰਾ ਹੋ ਕਿੰਨੇ ਟਾਈਮ ਦੇ ਤੁਸੀਂ ਇੱਥੇ ਹੋ ਪਿਛਲੇ 5 ਸਾਲਾਂ 'ਚ ਤੁਸੀਂ ਗਵਾਹ ਹੋ ਇਸ ਚੀਜ਼ ਦੇ ਜੇ ਇੱਕ ਵੀ ਜਗ੍ਹਾ 'ਤੇ ਸਾਡੇ ਵਿਰੋਧੀਆਂ ਨੇ ਕੋਈ ਫੀਤਾ ਕੱਟਿਆ ਹੋਵੇ ਕੋਈ ਉਦਘਾਟਨ ਕਰਿਆ ਹੋਵੇ ਕੋਈ ਤੁਹਾਨੂੰ ਖਬਰ ਮਿਲੀ ਹੋਵੇ ਕਿ ਯਾਰ ਆਹ ਪਿੰਡ ਨੂੰ ਅਸੀਂ ਨੇ ਇੰਨੇ ਪੈਸੇ ਦਿੱਤੇ ਜਾਂ ਸ਼ਹਿਰ ਨੂੰ ਅਸੀਂ ਨੇ ਇੰਨੇ ਪੈਸੇ ਦਿੱਤੇ ਸੋ ਮੈਨੂੰ ਲੱਗਦਾ ਕਿ ਇਸ ਵਾਰ ਦੁਬਾਰਾ ਧੂਰੀ ਦੀ ਮਿੱਟੀ ਦਾ ਇਹ ਪੁੱਤ ਜ਼ਰੂਰ ਜਿੱਤੂਗਾ ਅਤੇ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਨਾਲ ਜਿੱਤੂਗਾ ਅਤੇ ਲੋਕਾਂ ਦੇ ਪਿਆਰ ਨਾਲ ਜਿੱਤੂਗਾ ਅਤੇ ਕਦੇ ਵੀ ਜਿਹੜਾ ਸਾਡਾ ਧੂਰੀ ਆ 2002 ਤੋਂ ਲੈ ਕੇ 2017 ਤੱਕ ਤੁਸੀਂ ਰਿਕਾਰਡ ਕੱਢ ਕੇ ਦੇਖਿਓ ਜਿੰਨੇ ਵੀ ਮੈਂ MLA ਰਹੇ ਨੇ ਉਹ ਸਾਰੇ ਧੂਰੀ ਤੋਂ ਬਾਹਰਲੇ ਰਹੇ ਨੇ ਅੱਜ
साड़ियां मुख्य विरोधी पार्टियां दे जिन्ने भी उम्मीदवार ने कोई भी धूरी नाल संबंधित नहीं हैगा। की साड़ी मिट्टी च लीडर पैदा होने की ताकत है नहीं? की साड़ियां मावां लीडर पैदा नहीं कर सकदियां? मैनू ये चीज़ बड़ी अचंभे वाली लगी, क्योंकि दस दस पंद्रह पंद्रह तो आम आदमी वाले वोट लाई फिरते जिहड़े इत्थे दे कैंडीडेट सी। अकाली दल वाले मेरे भरा इन्ने इन्ने वोट लाई फिरते, बीजेपी वाले मेरे भरा किन्ने हो सी। मेरी इस चीज़ नाल कोई लड़ाई नहीं, मेरा कोई बखरेवा नहीं, मैनू तो पार्टीबाजी तो उपर उठ के सारे वोटां पाउंदे ने। पर मैनू दूजी पार्टियां नूं सवाल आ भी तुसीं लोकल नुमाइंदा जिहड़ा इत्थे दा उह क्यों नहीं दिंदे। उदों बाद इह तां सारियां चीज़ां तकरीबन खेडां अज हल्के 40 जिमां ने 27 इंडोर सारियां चीज़ां तुसीं पढ़ लिओ, क्योंकि यह तकरीबन 4 पेजां दा जिहड़ा मेरा मैसेज आ, क्योंकि इस तों बाद मैं पैदल जाणा ते इहदे नाल नाल मेरी फाउंडेशन आ ते जिदे तहत असीं काम करदे आं। किसान जथेबंदियां दा जिहड़ा सब तों वड्डा, क्योंकि मैं भी छोटा किसान हाँ, सब तों वड्डा एजीटेशन होया दिल्ली दियां बरूहां ते, ते तुहाडा भरा इहदे ते वोटां नहीं मंग रहा। मैं नहीं कहिंदा वी इस चीज़ ते मैनूं वोटां देवो, पर जे दो बार कोई टिकरी ते सिंघू पैदल चल के गया उहनां दे हक दे विच आवाज़ बुलंद करी तां इह तुहाडा भरा सीगा। ते उहदे नाल नाल जदों बेंदड़ा माण वाला लड्डे पिंड दे विच खड़ी कणक नूं अग लगी ਤਾਂ ਉਸ ਸਮੇਂ ਦੇ ਵਿੱਚ ਆ ਸਾਰੇ ਨੌਜਵਾਨਾਂ ਨੇ ਇਕੱਠੇ ਹੋ ਕੇ ਆਲੇ ਦੁਆਲੇ ਦੇ ਪਿੰਡਾਂ ਨੇ ਇਕੱਲੇ ਇਕੱਲੇ ਘਰੇ 3.5 ਕੁਇੰਟਲ ਦੇ ਹਿਸਾਬ ਨਾਲ ਜਿਹੜੀ ਕਣਕ ਦੀ ਵੰਡ ਕੀਤੀ ਗਈ ਸੀ। ਇਹ ਮੇਰੀਆਂ ਚਾਹੇ ਕਰੋਨਾ ਦੇ ਵਿੱਚ ਇਕੱਲੇ ਇਕੱਲੇ ਗੇਟ ਦੇ ਖੜਕਾ ਕੇ ਅਸੀਂ ਨੇ ਰਾਸ਼ਨ ਵੰਡਿਆ ਪੂਰੇ ਟਾਈਮ ਦੇ ਵਿੱਚ। ਉਹ ਕਾਹਦਾ ਜਰਨੈਲ ਆ ਜਿਹੜਾ ਫੌਜਾਂ ਉਹਦੀਆਂ ਬਾਰਡਰਾਂ 'ਤੇ ਲੜਦੀਆਂ ਹੋਣ ਅਤੇ ਉਹ ਡਰ ਕੇ ਅੰਦਰ ਲੁਕ ਜਾਏ, ਕਿਉਂਕਿ ਜਦੋਂ ਇਹੀ ਜੀਆਂ ਔਖੀਆਂ ਘੜੀਆਂ ਆਉਂਦੀਆਂ ਨੇ ਮੈਨੂੰ ਲੱਗਦਾ ਅਸਲੀ ਲੀਡਰ ਉਹ ਆ ਜੋ ਅਜਿਹੀਆਂ ਔਖੀਆਂ ਘੜੀਆਂ 'ਚ ਫਰੰਟ ਤੋਂ ਲੀਡ ਕਰੇ ਆਪਦੇ ਹਲਕੇ ਨੂੰ, ਆਪਦੇ ਲੋਕਾਂ ਨੂੰ। ਸੋ ਅੱਜ ਜਿਹੜੀ ਤੁਸੀਂ ਇੱਥੇ ਪਹੁੰਚੇ ਹੋ, ਤੁਸੀਂ ਇਕੱਲੀ ਇਕੱਲੀ ਚੀਜ਼ ਨੂੰ ਮੇਰੀ ਨੂੰ ਜਾਣਦੇ ਹੋ, ਹਰ ਰੋਜ਼ ਤੁਸੀਂ ਇਸ ਚੀਜ਼ ਦੇ ਗਵਾਹ ਹੋ ਕਿ ਮੈਂ ਕਿਸ ਤਰੀਕੇ ਨਾਲ ਕੰਮ ਕਰਦਾ, ਅਤੇ ਤੁਸੀਂ ਵੀ ਤੁਹਾਨੂੰ ਵੀ ਮੇਰੀ ਮੀਡੀਆ ਇੱਕ ਸਾਡਾ ਪਿੱਲਰ ਆ ਚੌਥਾ ਜਿਹਨੂੰ ਅਸੀਂ ਸਭ ਤੋਂ ਵੱਧ ਜਿਹਦੇ ਦੇ ਉੱਪਰ ਟਰੱਸਟ ਕਰਿਆ ਜਾਂਦਾ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਸੱਚ ਨੂੰ ਸੱਚ ਕਿਹੋ, ਆਪਦੇ ਭਰਾ ਦਾ ਸਾਥ ਦਿਓ। ਜਿੱਥੇ ਵੀ ਕਿਤੇ ਮੇਰੀ ਗਲਤੀ ਹੋਊਗੀ ਬਿਲਕੁਲ ਲੋਕਾਂ ਦੇ ਸਾਹਮਣੇ ਉਜਾਗਰ ਕਰੋ, ਪਰ ਅੱਜ ਮੈਨੂੰ ਸਮੇਂ 'ਤੇ ਇਸ ਸਮੇਂ ਮੈਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਆ, ਕਿਉਂਕਿ 2002 ਤੋਂ ਲੈ ਕੇ ਕਲਾਸ ਰਿਪ੍ਰੈਜੈਂਟੇਟਿਵ ਤੋਂ ਲੈ ਕੇ ਜਿਹੜੀ ਇਹ ਰਾਜਨੀਤਿਕ ਸਫ਼ਰ ਆ ਜਿਹੜਾ ਉਹ ਮੈਂ ਸ਼ੁਰੂ ਕਰਿਆ ਹੋਇਆ। ਸੋ ਅੱਜ ਤੁਸੀਂ ਇੱਥੇ ਪਹੁੰਚੇ, ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਅਤੇ ਮੈਂ ਇੱਕ ਹੋਰ ਚੀਜ਼ ਤੁਹਾਨੂੰ ਕਹਿਣੀ ਚਾਹੁੰਦਾ, ਤੁਹਾਡੇ ਮਾਧਿਅਮ ਦੇ ਰਾਹੀਂ ਬਹੁਤ ਸਾਰੇ ਫੋਨ ਆਉਂਦੇ ਨੇ, ਕਿਉਂਕਿ ਹੁਣ ਕੰਪੇਨਿੰਗ ਸ਼ੁਰੂ ਹੋ ਰਹੀ ਆ, ਬਹੁਤ ਸਾਰੇ ਫੋਨ ਕਾਲਜ਼ ਆ ਰਹੀਆਂ ਨੇ ਵੀ ਬਾਈ ਜੀ ਅਸੀਂ ਤੁਹਾਨੂੰ ਲੱਡੂਆਂ ਨਾਲ ਤੋਲਣਾ, ਬਾਈ ਜੀ ਅਸੀਂ ਤੁਹਾਨੂੰ ਬਦਾਮਾਂ ਨਾਲ ਤੋਲਣਾ, ਜਾਂ ਅਸੀਂ ਤੁਹਾਨੂੰ ਮਿਠਾਈ ਨਾਲ ਤੋਲਣਾ। ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰੇ ਭਰਾਵਾਂ ਨੂੰ, ਆਪਾਂ ਤੋਲੇ ਜਾਵਾਂਗੇ, ਜੇ ਕਿਤੇ ਮੈਨੂੰ ਤੋਲਣਾ ਤਾਂ ਆਪਾਂ ਲੰਗਰ ਲਾਵਾਂਗੇ ਬੂਟਿਆਂ ਦਾ, ਤਾਂ ਕਿ ਆਪਾਂ ਇਨਵਾਇਰਮੈਂਟ ਦੇ ਉੱਪਰ ਕੰਮ ਕਰਨਾ, ਕਿਉਂਕਿ ਮੈਂ ਪਹਿਲਾਂ ਵੀ ਪਿੰਡਾਂ ਦੇ ਵਿੱਚ ਡੋਰ ਟੂ ਡੋਰ ਬੂਟੇ ਭੇਜੇ ਨੇ ਅਤੇ ਬੱਚਿਆਂ ਨੂੰ ਇਹ ਚੀਜ਼ ਸੁਨੇਹਾ ਲਾਇਆ ਸੀ ਅਸੀਂ ਨੇ ਕਿ ਆਪਦੇ ਬਾਪ ਦਾਦੇ ਪਰਦਾਦਿਆਂ ਦੇ ਨਾਮ 'ਤੇ ਬੂਟਿਆਂ ਨੂੰ ਪਾਲੋ, ਕਿਉਂਕਿ ਆਪਾਂ ਇਨਵਾਇਰਮੈਂਟ ਦੇ ਉੱਪਰ ਗੱਲ ਕਰਨੀ ਆ। ਡਾਰਕ ਜ਼ੋਨ ਦੀ ਅੱਜ ਤੱਕ ਇਹ ਕਿੰਨੇ ਹੀ ਲੀਡਰ ਨੇ, ਕਦੇ ਇੱਕ ਬੰਦੇ ਨੇ ਵੀ ਚਿੱਠੀ ਲਿਖੀ ਹੋਵੇ? ਤੁਹਾਡੇ ਇਸ ਭਰਾ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਸਵਾਲ ਚੱਕਿਆ ਸੀ ਅਤੇ 25 ਕਰੋੜ ਰੁਪਏ ਦੀ ਲਾਗਤ ਨਾਲ ਕੋਟਲਾ ਬ੍ਰਾਂਚ ਦੇ ਵਿੱਚੋਂ ਵੱਖੋ ਵੱਖ ਪਿੰਡਾਂ ਨੂੰ ਚਾਹੇ ਖਾਲਾਂ ਰਾਹੀਂ ਚਾਹੇ ਪਾਈਪਾਂ ਰਾਹੀਂ ਪਾਣੀ ਦੀ ਸਿੰਚਾਈ ਕੀਤੀ ਜਾਂਦੀ ਆ। ਅਤੇ ਮੈਨੂੰ ਇੱਕ ਵੀ ਜਿੰਨੇ ਵੀ ਲੀਡਰ ਉਰੇ ਵੋਟਾਂ ਮੰਗ ਰਹੇ ਨੇ, ਕਦੇ ਇਹਨਾਂ ਨੇ ਡਾਰਕ ਜ਼ੋਨ 'ਤੇ ਗੱਲ ਕਰੀ ਹੋਵੇ, ਕਦੇ ਇਹਨਾਂ ਨੇ ਧੂਰੀ ਦੀ ਡਿਵੈਲਪਮੈਂਟ 'ਤੇ ਗੱਲ ਕਰੀ ਹੋਵੇ? ਅੱਜ ਕਿਸ ਮੂੰਹ ਨਾਲ ਇਹ ਜਿਹੜੇ ਇੱਥੇ ਵੋਟਾਂ ਮੰਗ ਰਹੇ ਨੇ? ਤਾਂ ਵਿਸ਼ਵਾਸ ਟੁੱਟ ਜੂਗਾ ਕੰਮ ਕਰਾਉਣ ਵਾਲੇ ਬੰਦੇ ਦਾ। ਮੈਨੂੰ ਧੂਰੀ ਵਾਲਿਓ, ਮੈਨੂੰ ਸਾਥ ਚਾਹੀਦਾ ਤੁਹਾਡਾ, ਨਹੀਂ ਕਿਸੇ ਨੇ ਕੰਮ ਨਹੀਂ ਕਰਿਆ ਕਰਨਾ ਲੀਡਰਾਂ ਨੇ, ਕਿਉਂਕਿ ਮੌਕੇ 'ਤੇ ਆ ਕੇ ਕੋਈ ਕਹਿੰਦਾ ਇਹ ਸੈਲੀਬ੍ਰਿਟੀ ਆ, ਕੋਈ ਕਹਿੰਦਾ ਇਹ ਬਾਹਰੋਂ ਆ ਗਿਆ। ਸੋ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਭਰਾਵੋ, ਜਿੱਥੇ ਵੀ ਮੈਨੂੰ ਤੋਲਣਾ, ਜਾਂ ਤਾਂ ਅਸੀਂ ਕਿਤਾਬਾਂ ਡੋਨੇਟ ਕਰਾਂਗੇ ਲਾਇਬ੍ਰੇਰੀ ਨੂੰ, ਜਾਂ ਅਸੀਂ ਬੂਟੇ ਡੋਨੇਟ ਕਰਾਂਗੇ ਪਿੰਡ ਨੂੰ, ਅਤੇ ਜਾਂ ਅਸੀਂ ਫ੍ਰੀ ਦਵਾਈਆਂ ਦੇਵਾਂਗੇ। ਮੈਨੂੰ ਤੋਲਣ ਵਾਲਾ ਲੱਡੂ ਮਿਠਾਈ ਕਾਜੂ ਇਸ ਤਰੀਕੇ ਨਾਲ ਨਹੀਂ ਮੈਂ ਤੋਲਿਆ ਜਾਣਾ। ਮੈਂ ਤਾਂ ਸਿਰਫ ਲੋਕਾਂ ਦੇ ਅੱਗੇ ਹੱਥ ਜੋੜਦਾ ਕਿ ਆਪਾਂ ਵੱਧ ਤੋਂ ਵੱਧ, ਜਦੋਂ ਮੈਂ ਬਾਹਰ ਵੀ ਗਿਆ, ਕੈਨੇਡਾ ਗਿਆ, ਨਿਊਜ਼ੀਲੈਂਡ ਗਿਆ, USA ਗਿਆ, ਮੈਂ ਉੱਥੇ ਵੀ NRI ਭਰਾਵਾਂ ਨੂੰ ਬੇਨਤੀ ਕਰੀ ਕਿ ਬਾਈ ਜੀ ਆਪਦੇ ਪਿੰਡਾਂ ਦੀਆਂ ਸਿਹਤ ਸੇਵਾਵਾਂ, ਐਜੂਕੇਸ਼ਨ ਅਤੇ ਗ੍ਰੀਨਰੀ ਦੇ ਉੱਤੇ ਜ਼ੋਰ ਦੇਵੋ। ਪੋਲੀਟੀਕਲ ਲੀਡਰਾਂ ਨੂੰ ਫੰਡ ਦੀ ਜ਼ਰੂਰਤ ਨਹੀਂ ਹੁੰਦੀ, ਤੁਸੀਂ ਸਿਰਫ ਆਪਦੇ ਪਿੰਡਾਂ ਦੇ ਵਿੱਚ ਆਪਦਾ ਪਿੰਡ ਸਾਂਭੋ। ਅਤੇ ਅੱਜ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿ ਰਿਹਾ, ਕੋਈ ਵੀ ਅਜਿਹੀ
जे तुसी मेरी हेल्प करना चाहते हो तो आपके स्कूलों के किताबों उपर लाइब्रेरी के उपर फोकस करो, आपके पिंडों के उपर ग्रीनरी के उपर फोकस करो, आपके पिंडों के पानी नू बचाओ किस तरीके। अज तो कुछ समा पहला मैं बच्चों उन चिल्ड्रन डे के उत्ते मैं एक वीडियो मूवी दिखाई सी, भी मेरिया यही गल्लां सी, तुसी मेरे फेसबुक अकाउंट तो चक सकते हो। एक भी लीडर पूरे पंजाब च दिखायो जिन्हें आपके बच्चों इतों सरकारी स्कूल के बच्चों पंजाब विधानसभा दिखाई होवे ते जे उन्होंने एजुकेशन ट्रिप कदे लगवाया होवे। सो मैनू पूर्ण उम्मीद आ कि तुसी धूरी दे बेटे नू ते धूरी दे आपदे भरा नू वध तो वध वोटां पा के जिताओगे ते सारे मीडियाकर्मी सच नू सच कहणगे ते मैनू पूर्ण विश्वास भी आ उम्मीद भी आ कि तुहाडा साथ इसे तरीके नाल मेरे नाल बणिया रहूगा। तुहाडा सारिआं दा चलिआ होइआ कदम साडे सारे परिवार दे उपर सिर मत्थे ते पंज साल जे कदे कोई गलती रहि गई होवे, वैसे कोई सोच कदे माड़ी नहीं सी, जे कदे कोई गलती रह गई होवे तां उहदे लई हाथ जोड़ के मैं खिमा दा जा चका, मैं माफ़ी मांगदा जे कोई जाने अनजाने च कोई गलती रह गई होवे। तुहाडा सारिआं दे इत्थे पहुँचण ते तहे दिलों धन्नवाद, थैंक यू।